ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਸੁੱਚਾ ਸਿੰਘ ਲੰਗਾ ਦਾ ਬੇਟਾ ਚਿੱਟੇ ਸਮੇਤ ਸ਼ਿਮਲੇ ਦੇ ਵਿੱਚ ਹੋਇਆ ਗ੍ਰਿਫਤਾਰ। ਚਾਰ ਲੜਕੇ ਤੇ ਇੱਕ ਲੜਕੀ ਵੀ ਹੋਈ ਗ੍ਰਿਫਤਾਰ। ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਪ੍ਰਕਾਸ਼ ਸਿੰਘ ਲੰਗਾ ਜੋ ਕਿ ਸੁੱਚਾ ਸਿੰਘ ਲੰਗਾ ਉਹਨਾਂ ਦਾ ਬੇਟਾ ਹੈ ਤੇ 45 ਗ੍ਰਾਮ ਚਿੱਟਾ ਨਸ਼ਾ ਬਰਾਮਦ ਉਸ ਕੋਲੋਂ ਹੋਇਆ ਤੇ ਟੋਟਲ 5 ਜਣੇ ਸ਼ਿਮਲੇ ਦੇ ਵਿੱਚ ਫੜੇ ਗਏ ਨੇ, ਜਿਨ੍ਹਾਂ ਚੋਂ ਇੱਕ ਲੜਕੀ ਵੀ ਹੈ। ਵੀਡੀਓ ਦੇ ਵਿੱਚ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਰੇ ਹੀ ਨਸ਼ੇ ਦੇ ਵਿੱਚ ਝੂਲਦੇ ਦਿਖਾਈ ਦੇ ਰਹੇ ਨੇ। 42 ਗ੍ਰਾਮ ਚਿੱਟੇ ਨਾਲ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਇੱਕ ਹੋਟਲ ਦੇ ਵਿੱਚੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਇਹ ਵੱਡੀ ਖਬਰ ਆ ਰਹੀ ਹੈ ਕਿ ਸੁੱਚਾ ਸਿੰਘ ਲੰਗਾ ਦਾ ਬੇਟਾ ਗ੍ਰਿਫਤਾਰ ਹੋ ਚੁੱਕਿਆ ਹੈ। ਚਿੱਟੇ ਸਨੇ ਦੱਸਿਆ ਜਾ ਰਿਹਾ ਕਿ ਸ਼ਿਮਲੇ ਦੇ ਵਿੱਚ ਜਨਮ ਦਿਨ ਮਨਾਉਣ ਗਏ ਸੀ ਤੇ ਵੀਡੀਓ ਹੁਣ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਰਹੇ ਹੋਣਗੇ ਕਿ ਇੱਕ ਲੀਡਰ ਦਾ ਬੇਟਾ ਕਿਸ ਹਾਲਤ ਦੇ ਵਿੱਚ ਹੈ। ਤੁਸੀਂ ਵੀ ਦੇਖੋ ਕਿ ਸੁੱਚਾ ਸਿੰਘ ਲੰਗਾ ਦੇ ਬੇਟੇ ਪ੍ਰਕਾਸ਼ ਸਿੰਘ ਲੰਗਾ ਨੇ ਕੀ ਕਬੂਲ ਕੀਤਾ ਤੇ ਇਨਵੈਸਟੀਗੇਸ਼ਨ ਦੌਰਾਨ ਉਸਨੇ ਕੀ ਕਿਹਾ। ਨਾਮ ਕਿਆ ਹੈ ਆਪਕਾ? ਕਿਸਕੇ ਬੇਟੇ ਆਪ? ਸੁੱਚਾ ਸਿੰਘ। ਕੌਣ ਹੈ ਸੁੱਚਾ ਸਿੰਘ ਜੀ? ਕੁਛ ਨਹੀਂ ਹੈ, ਪਹਿਲੇ ਥੇ ਪਹਿਲੇ ਕਹਾਂ ਸੇ ਐਮ ਐਲ ਏ? ਕਿਤਨੀ ਬਾਰ ਰਹੇ? ਦੋ ਬਾਰ। ਠੀਕ ਹੈ, ਤੀਨ ਬਾਰ ਬਲੌਕ ਚ ਆਏ। ਇਸਕੇ ਪਿਤਾ ਜੀ ਕਾ ਨਾਮ ਹੈ ਸੁੱਚਾ ਸਿੰਘ, ਬਲੌਕ ਏ। ਨਾਮ ਕਿਆ ਹੈ ਆਪਕਾ? ਕਿਸਕੇ ਬੇਟੇ ਆਪ? ਸੁੱਚਾ ਸਿੰਘ। ਕੌਣ ਹੈ ਸੁੱਚਾ ਸਿੰਘ ਜੀ? ਕੁਛ ਨਹੀਂ ਹੈ, ਪਹਿਲੇ ਥੇ ਪਹਿਲੇ ਕਹਾਂ ਸੇ ਐਮ ਐਲ ਏ? ਕਿਤਨੀ ਬਾਰ ਰਹੇ? ਦੋ ਬਾਰ ਠੀਕ ਹੈ।